ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਆਓ ਜਾਣਦੇ ਹਾਂ ਪਿੰਡ ਬਿਸ਼ਨੰਦੀ ਦਾ ਇਹ ਨਾਮ ਕਿਵੇਂ ਪਿਆ ਤਹਿਸੀਲ ਜੈਤੋ ਦਾ ਪਿੰਡ ਬਿਸ਼ਨੰਦੀ ਜੈਤੋ ਬਠਿੰਡਾ ਸੜਕ ਤੋਂ 6 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਗੰਗਸਰ ਜੈਤੋ ਤੋਂ 10 ਕਿਲੋਮੀਟਰ ਦੂਰ ਹੈ ਇਹ ਪਿੰਡ ਤਕਰੀਬਨ 225 ਸਾਲ ਪਹਿਲਾਂ ਸੰਤ ਬਾਬਾ ਬਿਸ਼ਨਦਾਸ ਨੇ ਵਸਾਇਆ ਸੀ ਪਿੰਡ ਦਾ ਨਾਂ ਇਹਨਾਂ ਦੇ ਨਾਂ ਤੇ ਹੀ ਪਿਆ ਪਿੰਡ ਦੀ ਬਹੁਤੀ ਗਿਣਤੀ ਸਿੱਧੂ ਬਰਾੜਾਂ ਦੀ ਹੈ ਦੰਦੀਵਾਲ ਢਿੱਲੋ ਗੋਤਾਂ ਤੋਂ ਬਿਨਾਂ ਨਾਈ ਘੁਮਿਆਰ ਦਰਜੀ ਮਿਸਤਰੀ ਪੰਡਿਤ ਮਹਾਜਨ ਆਦਿ ਜਾਤੀਆਂ ਦੇ ਲੋਕ ਵੀ ਰਹਿੰਦੇ ਹਨ ਪਿੰਡ ਦੇ ਦੱਖਣ ਵੱਲ ਇੱਕ ਸ਼ਾਨਦਾਰ ਗੁਰਦੁਆਰਾ ਸਾਹਿਬ ਹੈ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਧੰਨਵਾਦ